ਰਾਹੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀਨਾ ਮਾਰਨਿੰਗ ਬੁਲਟਿਨ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਗੁਰਦਾਸਪੁਰ 'ਚ ਪਹਿਲਾਂ ਬਾਬਾ ਭੈਣ ਅਤੇ ਚਾਚੀ ਨੂੰ ਲੈ ਗਿਆ ਅਤੇ ਆਪਣੇ ਨਾਲ ਫਿਰ ਪਤਨੀ ਨੂੰ ਵੀ ਭਜਾ ਕੇ ਲੈ ਗਿਆ। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਪੀੜਤ ਯੁਵਕ ਇਨਸਾਫ ਲਈ ਖਾ ਰਿਹਾ ਹੈ ਧੱਕੇ। ਰੂਪਨਗਰ ਥਰਮਲ ਪਲਾਂਟ ਦਾ 3 ਨੰਬਰ ਯੂਨਿਟ ਲੀਕੇਜ ਦੇ ਕਾਰਨ ਹੋਇਆ ਭੰਗ। ਅੰਮ੍ਰਿਤਸਰ ਦੇ ਵਿੱਚ ਇੱਕ ਬਜ਼ੁਰਗ ਸਿੱਖ ਨਾਲ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ। ਘਟਨਾ ਹੋਈ ਸੀਸੀਟੀਵੀ ਦੇ ਵਿੱਚ ਕੈਦ। ਦੱਖਣੀ ਕਸ਼ਮੀਰ ਦੇ ਪੁਲਵਾਮਾ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਹੋਈ ਗੋਲੀਬਾਰੀ। ਪੁਲਿਸ ਤੇ ਅੱਤਵਾਦੀਆਂ ਦੀ ਮੁੱਠਭੇੜ 'ਚ 4 ਅੱਤਵਾਦੀ ਮਾਰੇ ਗਏ। ਤਰਨ ਤਾਰਨ 'ਚ ਆਦੇਸ਼ ਪ੍ਰਕਾਸ਼ ਸਿੰਘ ਭਾਰਤੀ ਹਵਾਈ ਸੈਨਾ ਵਿੱਚ ਬਣਿਆ ਅਫਸਰ। ਪਰਿਵਾਰ ਵਿੱਚ ਖੁਸ਼ੀ ਦੀ ਲਹਿਰ। ਆਓ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਤਾਰ ਦੇ ਨਾਲ ਇਹਨਾਂ ਖਬਰਾਂ 'ਤੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਗੁਰਦਾਸਪੁਰ ਦੀ, ਜਿੱਥੇ ਇੱਕ ਢੋਂਗੀ ਬਾਬਾ ਜੋ ਹੈ ਪਹਿਲਾਂ ਭੈਣ ਅਤੇ ਚਾਚੀ ਨੂੰ ਕੱਢ ਕੇ ਲੈ ਜਾਂਦਾ ਅਤੇ ਫਿਰ ਸ਼ਖਸ ਦੀ ਪਤਨੀ ਨੂੰ ਵੀ ਭਜਾ ਕੇ ਲੈ ਜਾਂਦਾ। ਹੁਣ ਜੋ ਯੁਵਕ ਹੈ ਉਹ ਇਨਸਾਫ ਦੀ ਗੁਹਾਰ ਲਗਾ ਰਿਹਾ ਅਤੇ ਥਾਂ ਥਾਂ 'ਤੇ ਭਟਕ ਰਿਹਾ ਹੈ। ਢੋਂਗੀ ਬਾਬੇ ਦਾ ਸ਼ਰਮਨਾਕ ਕਾਰਾ ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫਰਾਰ। ਪੁਲਿਸ ਸਟੇਸ਼ਨ ਕਾਦੀਆਂ ਦੇ ਅਧੀਨ ਪੈਂਦੇ ਪਿੰਡ ਮਨਸੂਰ 'ਚ ਉਸ ਸਮੇਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਪਰਿਵਾਰ ਦੀਆਂ 3 ਜਨਾਨੀਆਂ ਨੂੰ ਧੋਖੇਬਾਜ਼ ਬਾਬਾ ਆਪਣੇ ਚੁੰਗਲ 'ਚ ਫਸਾ ਕੇ ਭਜਾ ਕੇ ਲੈ ਗਿਆ। ਇਸ ਘਟਨਾ ਦੀ ਸ਼ਿਕਾਇਤ ਪਰਿਵਾਰ ਵੱਲੋਂ ਕਾਦੀਆਂ ਪੁਲਿਸ ਸਟੇਸ਼ਨ 'ਚ ਦਿੱਤੀ ਗਈ ਹੈ ਅਤੇ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਉੱਤੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਫਰਾਰ ਹੋਏ ਬਾਬੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਦੇ ਅਜੇ ਕੁਮਾਰ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਉਸ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਵਿਆਹ ਦੇ ਬਾਅਦ ਹੀ ਉਸ ਦੀ ਪਤਨੀ ਨੂੰ ਚੌਂਕੀ ਆਉਣੀ ਸ਼ੁਰੂ ਹੋ ਗਈ ਸੀ, ਜਿਸ 'ਤੇ ਉਸਨੇ ਸੋਨੀ ਸ਼ਾਹ ਬਾਬੇ ਦੇ ਤਰਨ ਤਾਰਨ ਡੇਰੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਨਾਲ ਉਸਦੀ ਪਤਨੀ ਠੀਕ ਹੋ ਗਈ ਸੀ। ਇਸੇ ਤਰ੍ਹਾਂ ਹੀ ਉਸਦਾ ਵਿਸ਼ਵਾਸ ਬਾਬੇ ਉੱਤੇ ਬਣ ਗਿਆ। ਉਸਨੇ ਇਹ ਵੀ ਦੱਸਿਆ ਕਿ ਬਾਬੇ ਦਾ ਉਹਨਾਂ ਦੇ ਘਰ ਆਉਣਾ ਆਮ ਹੋ ਗਿਆ ਸੀ, ਜਿਸ ਦੇ ਚੱਲਦਿਆਂ ਉਸ ਬਾਬੇ ਨੇ ਇਹ ਕਾਰਾ ਕੀਤਾ। ਬਾਕੀ ਇਸ ਖਬਰ ਬਾਰੇ ਪੀੜਤ ਦਾ ਕੀ ਕਹਿਣਾ ਹੈ ਆਓ ਜਾਣ ਲੈਂਦੇ ਹਾਂ। ਕੀ ਨਾਮ ਤੁਹਾਡਾ, ਦੱਸੋ ਕਿੱਥੇ ਦਾ ਰਹਿਣ ਵਾਲਾ, ਕੀ ਮਾਮਲਾ? ਅਜੇ ਕੁਮਾਰ ਹੈਗਾ ਮੇਰਾ ਨਾਮ ਜੀ, ਮਨਸੂਰਕੇ ਪਿੰਡ ਦਾ ਮੈਂ ਰਹਿਣ ਵਾਲਾ ਵਾਂ। ਹਾਂਜੀ, ਅਤੇ ਇਹ ਮੇਰੀ ਘਰ ਦੀ ਨੂੰ ਪਹਿਲਾਂ ਲੈ ਗਿਆ ਜੀ, ਮੇਰੇ ਭੈਣ ਭਰਾਵਾਂ ਨੂੰ। ਸੋਹਣੀ ਸ਼ਾਹ ਇਹ ਬਾਬਾ ਵਾ। ਹਾਂਜੀ, ਪਹਿਲਾਂ ਤਾਂ ਇਹ ਆਇਆ ਵਾ ਕਿ ਘਰ ਸਾਡੇ ਆਇਆ ਵਾ ਮੇਰੀ ਚਾਚੀ ਨੂੰ ਅਤੇ ਮੇਰੀ ਭੈਣ ਨੂੰ ਲੈ ਕੇ ਆ ਜੀ, ਧੋਖੇ ਦੇ ਨਾਲ ਘਰ ਰਹਿ ਕੇ 10-15 ਦਿਨ। ਉਦੋਂ ਵੀ ਅਸੀਂ ਦਰਖਾਸਤਾਂ ਦਰਖੁਸਤਾਂ ਦਿੱਤੀਆਂ, ਪਰਚੇ ਦਿੱਤੇ, ਉਦੋਂ ਬਿਆਨਾਂ ਦੇ ਤੌਰ 'ਤੇ ਬਰੀ ਹੋ ਗਿਆ ਬੰਦਾ। ਫਿਰ ਇਹਨੇ ਆਣ ਕੇ ਮਾਫ਼ੀ ਮੰਗ ਲਈ ਮੇਰੀ ਭੈਣ ਨਾਲ, ਵਿਆਹ ਵੂ ਕਰ ਲਿਆ ਇਹਨੇ। ਫਿਰ ਘਰਦਿਆਂ ਨੇ ਮਾਫ਼ੀ ਦੇ ਦਿੱਤੀ ਇਹਨੂੰ ਕਿ ਚੱਲ 3-4 ਸਾਲਾਂ ਬਾਅਦ ਆਇਆ ਵਾ, ਮਾਫ਼ ਕਰ ਦਿੱਤਾ ਇਹਨੂੰ। ਹਾਂਜੀ, ਅੱਜ ਫਿਰ ਇਹ ਸਾਡੇ ਵਿੱਚ ਰਹਿ ਕੇ ਮੇਰੇ ਨਾਲ ਰਹਿੰਦਾ ਰਿਹਾ। ਉੱਥੇ ਅਸੀਂ ਪਲਾਟ ਲਿਆ ਸੀ ਮੈਂ ਵੱਖਰਾ ਜੀ, ਉੱਥੇ ਆਉਂਦਾ ਜਾਂਦਾ ਸੀ, ਕਦੀ 2 ਮਹੀਨੇ ਰਹਿ ਗਿਆ, ਕਦੀ 4 ਮਹੀਨੇ ਰਹਿ ਗਿਆ। ਫਿਰ ਚੱਲ ਜਾਂਦੇ ਸੀ, ਆ ਜਾਂਦੇ ਸੀ, ਚੱਲ ਜਾਂਦੇ ਸੀ। ਹੁਣ ਮੇਰੀ ਜਨਾਨੀ ਨੂੰ ਲਿਆ ਗਿਆ ਜੀ। ਮੇਰੀ ਬੱਚੀ ਇੱਕ ਛੋਟੀ ਜੀ, ਉਹ ਬਹੁਤ ਰੋਂਦੀ ਆ ਜੀ। ਇਸ ਮਸਲੇ ਦਾ ਹੱਲ ਕੀਤਾ ਜਾਵੇ। ਜਿਸ ਵੀ ਭਰਾ ਨੂੰ ਇਹਨੂੰ ਟੱਕਰਦੇ ਆ, ਮਿਲਦੇ ਆ, ਸਾਨੂੰ ਇਸ ਨੰਬਰ 'ਤੇ ਕਨੈਕਟ ਕੀਤਾ ਜਾਵੇ। ਇਹ ਦਿਲਵਾਰੀ ਗੇਟ ਦਾ ਬਾਬਾ ਰਹਿਣ ਵਾਲਾ ਵਾ ਅੰਮ੍ਰਿਤਸਰ। ਇਸ ਕੇਸ ਦੀ ਜਾਂਚ ਕਰ ਰਹੀ ਪੁਲਿਸ ਦੁਆਰਾ ਇਸ ਖਬਰ ਬਾਰੇ ਕੀ ਕਿਹਾ ਗਿਆ ਉਸ 'ਤੇ ਵੀ ਜ਼ਰਾ ਝਾਤ ਮਾਰ ਲਓ। ਦਰਖਾਸਤਕਰਤਾ ਅਜੇ ਕੁਮਾਰ ਨੇ ਇੱਕ ਦਰਖਾਸਤ ਦਿੱਤੀ ਹੈ ਕਿ ਮੇਰੀ ਘਰਵਾਲੀ ਬਿਨਾਂ ਦੱਸੇ ਪੁੱਛੇ ਆਪਣੇ ਘਰੋਂ ਚੱਲ ਗਈ ਆ, ਜਿਹਦੀ ਡਿਊਟੀ ਜਿਸ ਵਾਸਤੇ ਡਿਊਟੀ ਏਸੀ ਗੁਰਨਾਮ ਸਿੰਘ ਦੀ ਲਾਈ ਸੀ, ਜਿਸ ਨੇ ਦਰਿਆਫਤ 'ਤੇ ਦੱਸਿਆ ਕਿ ਉਹ ਸੋਨੀ ਨਾਂ ਦੇ ਬੰਦੇ ਨਾਲ ਗਈ ਹੈ, ਆਪਣੇ ਆਪ ਗਈ ਆ, 42 ਸਾਲ ਦੀ ਆ, ਬਾਲਕ ਆ, ਸਮਝਦਾਰ ਆ, ਉਸਨੂੰ ਕਿਸੇ ਨੇ ਵਰਗਲਾ ਕੇ ਨਹੀਂ ਖੜਿਆ, ਕਿਸੇ ਨੇ ਕਿਡਨੈਪ ਕਰਕੇ ਨਹੀਂ ਖੜਿਆ। ਜਦਕਿ ਇਹ ਦਰਖਾਸਤ ਕਰਤਾ ਅਜੇ ਕੁਮਾਰ ਕਾਫੀ ਚਿਰਾਂ ਤੋਂ ਸੋਨੀ ਨਾਂ ਦੇ ਬੰਦੇ ਨੂੰ ਆਪਣੇ ਘਰ ਹੀ ਰੱਖਦਾ ਰਿਹਾ, ਇਸ ਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਪਰ ਫਿਰ ਵੀ ਆਪਾਂ ਇਸ਼ਤਿਹਾਰ ਸੋਰੋ ਕੋਗਾ ਜਿਹੜੇ ਜਾਰੀ ਕਰ ਦਿੰਦੇ ਹਾਂ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਦੇ ਨਾਲ ਦਾ TVNRI। ਰੂਪਨਗਰ ਦੀ ਜੇਕਰ ਗੱਲ ਕਰੀਏ ਤਾਂ ਰੂਪਨਗਰ ਦਾ 3 ਨੰਬਰ ਥਰਮਲ ਪਲਾਂਟ ਜੋ ਹੈ ਉਹ ਲੀਕੇਜ ਦੇ ਕਾਰਨ ਬੰਦ ਹੋ ਗਿਆ। ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ। ਰੂਪਨਗਰ ਥਰਮਲ ਪਲਾਂਟ ਦਾ 3 ਨੰਬਰ ਯੂਨਿਟ ਲੀਕੇਜ ਕਾਰਨ ਹੋਇਆ ਬੰਦ। ਬਿਜਲੀ ਸਪਲਾਈ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੂਪਨਗਰ ਤੋਂ, ਜਿੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 1 ਯੂਨਿਟ ਬੰਦ ਹੋਇਆ। ਜੀ ਹਾਂ, ਰੂਪਨਗਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਨਾਂ ਦਾ 3 ਨੰਬਰ ਯੂਨਿਟ ਲੀਕੇਜ ਹੋਣ ਦੇ ਕਾਰਨ ਬੰਦ ਹੋ ਗਿਆ, ਜਿਸ ਦੇ ਕਾਰਨ ਬਿਜਲੀ ਸਪਲਾਈ ਘਟੀ ਹੈ। ਦੱਸ ਦਈਏ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ 220 ਮੈਗਾਵਾਟ ਦੇ 4 ਯੂਨਿਟ ਹਨ, ਜਿਨ੍ਹਾਂ ਵਿੱਚੋਂ
3 ਨੰਬਰ ਯੂਨਿਟ ਦੇ ਵਿੱਚ ਲਗਾਤਾਰ ਲੀਕੇਜ ਹੋਣ ਦੇ ਕਾਰਨ ਉਹ ਬੰਦ ਕਰ ਦਿੱਤਾ ਗਿਆ ਅਤੇ ਉਸ ਦੀ ਰਿਪੇਅਰ ਦਾ ਕੰਮ ਜਾਰੀ ਹੈ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ ਦੇ ਨਾਲ ਦਾ ਟੀਵੀ ਨਾਰਾਏ। गल करांगे अमृतसर दी जिथे एक बजुर्ग सिख दे नाल जो है कुटमार दा मामला सामने आया है। दस दिए कि बजुर्ग दे नाल कुटमार दी वीडियो जो है सीसीटीवी दे विच कैद हो गई है। आओ तुहानू भी दिखाउंदे आ एक बार है वीडियो। अमृतसर के भीड़ भाड़ वाले इलाकों में अक्सर ही ढोआ ढुआई करने वाली गड्डियों को लेकर कहा सुनी हो जाती है। कुछ दिन पहला अमृतसर के मिश्री बाजार में एक बुजुर्ग आटो चालक उत्ते कुछ नौजवानों ने हमला कर दिया। उत्थे ही बुजुर्ग की पग तक ला दी सी। उस बुजुर्ग आटो चालक वालों वख-वख थाणियों में मामला दर्ज करवाने की कोशिश की जा रही है पर कोई कार्रवाई होती दिखाई नहीं दे रही। आओ इस संबंधी बुजुर्ग ने की कहा जान लें। वाहिगुरु जी का खालसा वाहिगुरु जी की फतेह। मेरा नाम करनाल सिंह है जी। मैं थ्री व्हीलर का काम करता छोटे हाथी का। मैं गुरदासपुर कोई समान लिया गया तारना के मिश्री बाजार के भुपिंदर सिंह का। रात लगभग मंगलवार लास्ट जरा बीतिया मंगलवार रात में लगभग 8:30 जिते पहुँचा दुकान के उत्ते गड्डी खाली करने वास्ते लाई आ। उन्होंने दुकान के सामने एक दुकान है जगमिंदर सिंह साना उसे मैं नाता नहीं पता नाल मुंडा राजा। इन्होंने मेरे नाम मतलब मैं उन्होंने कहा भी आगता अपनी 10 मिनट लिए अगे पिछे कर लो मेरी गड्डी खाली हो जाए लोगों को जान आने की दिक्कत हिंदू दुस्तान के नागर होने के खाते। मैं उन्होंने रस्ते लोगों को दिक्कत ना आए लोग आन जान अपनी आगता 10 मिनट छाल कर मैं गड्डी खाली कर देनी है। उन्होंने मेरे एक्टवा अगे पिछे करने की देर से कह दी उन्होंने मैंने मार्केट शुरू करती जी। पग मेरी उन्होंने ला दी मार्केटाई मैंने उन्होंने की जी। अंदर जाके उन्होंने जिड़ी दुकान मैं समझ गया मैं डरदा अंदर भज गया उस पास उत्थे मेरे मगर जाके उन्होंने मार्केटाई की है पग मेरी ला दी। तीन बंदे जी जपिंदर सिंह उन्होंने फादर एक ना राजा मुंडा टोपी वाला तीन जने मैं खीमा थाने जी इतने रिपोर्ट लिखाई अज उनका यह नहीं पता रिपोर्ट कैसे लिखानी है किस थाने की रिपोर्ट नहीं लिखी किस थाने की रिपोर्ट लिखी अज रिपोर्ट लिखी गई है जी। इन्होंने सवेरे क्या तुम 10 बजे उन्होंने इंसाफ मिलेगा जी कार्रवाई सवेरे बनती कार्रवाई उन्होंने कर अं सवेरे देखा कि हिसाब बनता जी ना करेगा अं धरना लावे जो पैसे तो ना कि बन के पैसे जाऊँ जो कल तक जसा जा कहे। इस संबंधी पुलिस अधिकारियों ने कहा यह भी जान लें। इन्हों का उत्तर कोई थ्री व्हीलर के उत्तों समान समूह ला रहे रात 8:30 साढ़े को रात 12:00-1:00 आए है सरदार जी कि परसों के 7 तरीक के उस तो बाद मौका वेख्या ही जाके तो जो मौका ही उठाने डी डिवीजन का पैंता है तो अं इन्होंने कहा भी जो सवेरे अं वेख ला कटा के सीसीटीवी बंद करा तो अं जी अपनी दरखास्त है डी डिवीजन दे दो जो बनती कारवाई कारवाई कर देंगे जो ठंडी का होगा तो कर देंगे। अमृतसर तो मुकेश मेहरा की रिपोर्ट डीटीवी एनआरआई। दक्षणी कश्मीर के पुलवामा और कुलगाम जिलों के कल अतवादियों के वलों गोलीबारी कर दी गई। इस गोलीबारी के 4 अतवादी जो ने वह ढेर हो गए। दस दिए कि पुलिस अतवादियों के विचाले काफ़ी देर तक मुठभेड़ हुई है। इस मुठभेड़ तो बाद ही अतवादियों को ढेर किया गया। दक्षणी कश्मीर के पुलवामा और कुलगाम जिलों के अतवादियों सुरक्षा बलों विचकार मुठभेड़ हुई और गोलीबारी दौरान 4 अतवादी मारे गए हैं। कश्मीर रेंज के इंस्पैक्टर जनरल विजय कुमार ने दसाया कि पुलवामा जिले के पुचल खेत्र विखे हुए एक मुकाबले में अतवादियों सुरक्षा बलों की मुठभेड़ के दो अणपछाते अतवादी मारे गए हैं और यह दो मारे गए अतवादी लश्कर ए तोयबा समूह नाल संबंधित सन अते उन्हां दी पछाण दा पता लगाया जा रहा है। कश्मीर जोन पुलिस ने ट्वीट किया है अते पुलवामा अते कुलगाम जिलों विच दो वख-वख मुकाबलियां दे विच 4 अतवादियों के मारे जान की पुष्टि की है। आफताब अहमद मीर की रिपोर्ट के नाल दी टीवी एनआरआई। तरन तारण की जेकर गल करिए तरन तारण के आदेश प्रकाश सिंह जो ने वो हवाई सेना के अफसर बन गए ने। जी हाँ भारतीय हवाई सेना के अफसर बने ने जिस तो बाद परिवार के विच खुशी की लहर दौड़ गई है और उत्थे कैप्टन अमरिंदर सिंह दे वलों सोशल मीडिया से उन्होंने मुबारक भी दी गई ने। अमरदीप सिंह है हाँ जी पिंड चौधरी वाला डाकखाना नशहरा पनवा जिला तरन तारण। बेटा थोड़ा जो सिलेक्ट होया कि सैशन सिलेक्ट होया कि जगह सिलेक्ट होया की कहना चाहते हो तो कि बेटा आदेश प्रकाश सिंह निशाने सिखी इंस्टीट्यूट खडूर साहब पढ़ता से उतों 2017 के
ਉਹਦਾ ਰਿਜ਼ਲਟ ਆਇਆ ਜੀ ਐਨ ਡੀ ਏ ਦਾ ਐਸ ਐਸ ਬੀ ਕਲੀਅਰ ਹੋ ਗਈ। ਉਸ ਤੋਂ ਬਾਅਦ ਮਈ 2017 ਦੇ ਵਿੱਚ ਉਹਨੇ ਪੁਣੇ ਫਰਦਰ ਟ੍ਰੇਨਿੰਗ ਲਈ ਜੁਆਇਨ ਕੀਤਾ। ਅਤੇ ਹੁਣ ਕਿਹੜੀ ਇਸ ਵੇਲੇ ਕਿੱਥੇ ਪੋਸਟਿੰਗ 'ਤੇ? ਇਸ ਵੇਲੇ ਉਹ ਉਹਨਾਂ ਦੀ ਪੋਸਟਿੰਗ ਹੈਗੀ ਆ ਬਿਧਰ ਕਰਨਾਟਕਾ ਦੇ ਵਿੱਚ, ਐਜ਼ ਏ ਫਲਾਇੰਗ ਅਫਸਰ ਉੱਥੇ ਕੰਮ ਕਰ ਰਿਹਾ ਜੀ। ਅਤੇ ਫੈਮਿਲੀ 'ਚ ਕਿੱਦਾਂ ਦਾ ਫੀਲ ਮਹਿਸੂਸ ਹੋ ਰਿਹਾ ਕਿ ਬੇਟੇ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ? ਫੈਮਿਲੀ ਦੇ ਵਿੱਚ ਉਹਦਾ ਕੋਈ ਸ਼ਬਦ ਨਹੀਂ ਹੈਗੇ ਸਾਡੇ ਕੋਲ ਵੀ ਅਸੀਂ ਉਹਨੂੰ ਸਮਰਪਿਤ ਕਰ ਸਕੀਏ। ਉਹਨੇ ਪਿੰਡ ਦਾ ਵੀ, ਜ਼ਿਲ੍ਹੇ ਦਾ ਅਤੇ ਪੰਜਾਬ ਦਾ ਅਤੇ ਭਾਰਤ ਦਾ ਨਾਂ ਜਿਹੜਾ ਵਾ ਰੋਸ਼ਨ ਕੀਤਾ। ਬਹੁਤ ਮਾਣ ਵਾਲੀ ਗੱਲ ਆ, ਮਤਲਬ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਸਾਨੂੰ। ਅਤੇ ਜੇ ਗੱਲ ਕੀਤੀ ਜਾਵੇ ਤਾਂ ਹੋਰ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਘਰ ਦੇ ਵਿੱਚ ਕਿਸ ਤਰ੍ਹਾਂ ਦਾ ਰੂਟੀਨ ਸੀ ਨਾਲੇ ਦੇਸ਼ ਪੰਜਾਬ ਦੀ? ਰੂਟੀਨ ਉਹਦਾ ਇਹ ਸੀ ਵੀ ਉਹਦਾ ਇਰਾਦਾ ਦ੍ਰਿੜ ਆ, ਜਿਹੜੀ ਗੱਲ ਨੂੰ ਮਨ 'ਚ ਧਾਰ ਲਵੇ ਵੀ ਮੈਂ ਕਰਨੀ ਆ ਫਿਰ ਉਹਨੇ ਉਹ ਕਰਕੇ ਹਟਣੀ ਆ। ਇਸ ਗੱਲੋਂ ਉਹਦਾ ਹੈਗਾ ਵੀ ਜਿਹੜੀ ਗੱਲ ਦੇ ਪਿੱਛੇ ਪੈ ਜਾਵੇ ਉਹ ਪੂਰੀ ਕਰਕੇ ਹਟਦਾ। ਅਤੇ ਬਾਕੀਆਂ ਨੂੰ ਸੁਨੇਹਾ ਮੇਰਾ ਇਹੀ ਹੈ ਕਿ ਜੇ ਦ੍ਰਿੜ ਇਰਾਦੇ ਦੇ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਸਫਲਤਾ ਮਿਲਦੀ ਮਿਲਦੀ। ਸਾਡੇ ਨਗਰ ਵਾਸਤੇ ਅਤੇ ਸਾਡੇ ਸਮੂਹ ਇਲਾਕਾ ਜ਼ਿਲ੍ਹਾ ਤਰਨ ਤਾਰਨ ਅਤੇ ਪੰਜਾਬ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਨਗਰ ਦਾ ਜੋ ਨੌਜਵਾਨ ਆਦੇਸ਼ ਪ੍ਰਕਾਸ਼ ਸਿੰਘ ਜੋ ਕਿ ਹਵਾਈ ਫੌਜ ਦੇ ਵਿੱਚ ਜੋ ਸਿਲੈਕਸ਼ਨ ਉਹਦੀ ਹੋਈ ਆ, ਜਿਸ ਉੱਪਰ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਡੇ ਮਾਣਯੋਗ MLA ਸਾਹਿਬ ਸਰਦਾਰ ਹਰਮਿੰਦਰ ਸਿੰਘ ਗਿੱਲ ਹੋਣਾ ਵੀ ਆਪਣੇ ਸੋਸ਼ਲ ਅਕਾਊਂਟ ਤੋਂ ਉਹਨਾਂ ਉਸ ਦੀ ਹੌਸਲਾ ਅਫਜਾਈ ਕੀਤੀ ਆ। ਅਤੇ ਸਾਡੇ ਵਾਸਤੇ ਵੀ ਬੜੀ ਇਹ ਮਾਣ ਵਾਲੀ ਗੱਲ ਆ ਕਿ ਸਾਡੇ ਇਲਾਕੇ ਦਾ ਉਸ ਬੱਚੇ ਨੇ ਨਾਮ ਰੋਸ਼ਨ ਕੀਤਾ, ਉਸ ਬੱਚੇ ਦਾ ਨਾਂ, ਜਿਸ ਬੱਚੇ ਦਾ ਨਾਂ ਆਦੇਸ਼ ਪ੍ਰਕਾਸ਼ ਹੋਵੇ, ਆਦੇਸ਼ ਮਤਲਬ ਔਡਰ ਅਤੇ ਪ੍ਰਕਾਸ਼ ਦਾ ਮਤਲਬ ਚਾਨਣ ਮਨਾਰਾ, ਜਿਹੜੇ ਬੱਚੇ ਨੇ ਸਾਡੇ ਸਾਰੇ ਇਲਾਕੇ ਨੂੰ, ਸਾਡੇ ਪੰਜਾਬ ਨੂੰ ਰੁਸ਼ਨਾ ਦਿੱਤਾ, ਸਾਡਾ ਹੀ ਨਹੀਂ ਆਪਣੇ ਮਾਂ ਬਾਪ ਦਾ ਹੀ ਨਹੀਂ ਸਾਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ, ਸਾਨੂੰ ਬੜੀ ਅੱਜ ਖੁਸ਼ੀ ਹੋ ਰਹੀ ਆ। ਸਾਡਾ ਜਿਹੜਾ ਇਲਾਕਾ ਸੀ, ਖਾਸ ਕਰ ਇਹ ਤਰਨ ਤਰਨ ਬੈਲਟ, ਲੜਾਈਆਂ ਝਗੜਿਆਂ ਵੱਲੋਂ ਜਾਂ ਦੂਜੇ ਕੰਮਾਂ ਵੱਲੋਂ ਜਾਣਾ, ਅੱਜ ਸਾਨੂੰ ਇਹ ਫਕਰ ਮਹਿਸੂਸ ਹੋ ਰਿਹਾ ਕਿ ਸਾਡਾ ਇਲਾਕਾ ਕਿਸੇ ਵਧੀਆ ਕੰਮ ਦਾ ਕਰਕੇ ਕਿਸੇ ਸਾਡੇ ਬੱਚੇ ਨੇ ਇਹ ਪ੍ਰਾਪਤੀ ਕੀਤੀ ਆ। ਅਤੇ ਸਾਨੂੰ ਅੱਜ ਇਹ ਮਾਣ ਮਹਿਸੂਸ ਹੋ ਰਿਹਾ ਵੀ ਉਹ ਬੱਚਾ ਸਾਡੇ ਨਗਰ ਦਾ, ਚੌਧਰੀ ਵਾਲਾ, ਨਸ਼ਹਿਰਾ ਪੰਨੂਆਂ ਦਾ, ਅਸੀਂ ਉਸਦੇ ਮਾਤਾ ਪਿਤਾ ਨੂੰ ਮਿਲੇ, ਬੜੀ ਖੁਸ਼ੀ ਹੋਈ ਮਾਤਾ ਪਿਤਾ ਦੇ ਨਾਲ, ਸਾਨੂੰ ਬਹੁਤ ਮਾਣ ਹੋ ਰਿਹਾ। ਸਾਡਾ ਜੋ ਇਹ ਬੱਚਾ ਹੈ ਦੇਸ਼ ਦੇ ਵਾਸਤੇ, ਭਾਰਤ ਦੇਸ਼ ਵਾਸਤੇ ਜੋ ਫੌਜ ਦੇ ਵਿੱਚ ਸੇਵਾ ਕਰੇਗਾ, ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰੇਗਾ, ਸਾਡੇ ਵਾਸਤੇ ਵੀ ਇਹ ਬਹੁਤ ਮਾਣ ਵਾਲੀ ਗੱਲ ਹੋਏਗੀ। ਸੋ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਅਜਿਹੀਆਂ ਹੀ ਖਬਰਾਂ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦੀ TVNRI ਦੇ ਨਾਲ।